ਗੁਰੂ ਰੂਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਂ ਗੁਰਸਿੱਖੀ ਦੀ ਇੱਕ ਨਿਸ਼ਾਨੀ ਦਰਸਾਈ ਹੈ ਉਨ ਤਾਂ ਗੁਰਸਿੱਖੀ ਦੀਆਂ ਕਈ ਨਿਸ਼ਾਨੀਆਂ ਹਨ ਪਰ ਇੱਕ ਨਿਸ਼ਾਨੀ ਇਸ ਥਾਂ ਤੇ ਦਰਸਾਈ ਹੈ ਜੋ ਬਹੁਤ ਅਮੋਲਕ ਹੈ ਬਹੁਤ ਹੀ ਥੋੜੇ ਜਿਹੇ ਲਫ਼ਜ਼ਾਂ ਵਿੱਚ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ करिए ਜੀ ਆਪਣੇ ਮਨ ਦੀਆਂ ਚੋਰੀਆਂ ਤੋਂ ਗਾਫਲ ਨਹੀਂ ਹੋਣਾ ਕਦੇ ਆਪ ਨੂੰ ਅਪੋਲ ਨਹੀਂ ਜਾਣਨਾ ਗਲਤੀ ਹੋਵੇ ਤਾਂ ਪਛਤਾਉਣਾ ਤੇ ਬਖਸ਼ਾਉਣਾ ਜੇ ਕੋਈ ਸੱਜਣ ਭੁੱਲ ਦੱਸੇ ਤਦ ਉਸ ਨਾਲ ਰੰਜ ਨਹੀਂ ਕਰਨ ਪਰ ਸ਼ੁਕਰ ਮਨਾਉਣਾ ਸੱਚ ਸੁਣਨ ਲਈ ਸਦਾ ਤਿਆਰ ਬਰ ਤਿਆਰ ਰਹਿਣਾ ਗੁਰਸਿੱਖੀ ਹੈ ਫਿਰ ਦੁਰਾ ਦੇ ਆਪਣੇ ਮਨ ਦੀਆਂ ਚੋਰੀਆਂ ਤੋਂ ਗਾਫਲ ਨਹੀਂ ਹੋਣਾ ਕਦੇ ਆਪ ਨੂੰ ਅਪੁੱਲ ਨਹੀਂ ਜਾਣਨਾ ਗਲਤੀ ਹੋਵੇ ਤਾਂ ਪਛਤਾਵਣਾ ਤੇ ਬਖਸ਼ਾਵਣਾ ਜੇ ਕੋਈ ਸੱਜਣ ਭੁੱਲ ਦੱਸੇ ਤਦ ਉਸ ਨਾਲ ਰੰਜ ਨਹੀਂ ਕਰਨਾ ਪਰ ਸ਼ੁਕਰ ਮਨਾਉਣਾ ਸੱਚ ਸੁਣਨ ਲਈ ਸਦਾ ਤਿਆਰ ਬਰ ਤਿਆਰ ਰਹਿਣਾ ਗੁਰਸਿੱਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ